पंजाब दे अमीर विरसे ते सभ्याचार दी अंतरराष्ट्रीय सभ्याचारक सुंदरता मुकाबला मिस वर्ल्ड पंजाबन जितन वाली सुखदीप कौर दा खन्ना विखे विशेष सम्मान किया गया। जसमेर सिंह टट चेयरमैन सभ्याचारक सत ने सुखदीप कौर मंडेर नू फुल्लां दा गुलदस्ता दे के सम्मानित किया। इस सम्मान समारोह च मिस वर्ल्ड पंजाबन दी रनर अप सिमरप्रीत कौर अते मिस इंडिया पंजाबन चरणजीत कौर बराड़ ने विशेष तौर पर शिरकत की। खन्ना विखे सुखदीप कौर मंडेर ने पत्रकारों के नाल अपने अनुभव सांझे करदिया कहा कि मिस विश्व पंजाबन का मुकाबला भारत कैनेडा तो इलावा वक् वक् देशों तो चुनिया गई पंजाबणा च अड्डी चोटी का मुकाबला सी अते ये कैनेडा विखे टोरोंटो विच होया सी जिथे मेरे सिर मिस पंजाबन का खिताब सजा। उन्हें कहा कि मैनू पंजाबी होन ते बहुत माण है, मैं हुण पंजाब च ही रह के पंजाबी भाषा अते पंजाबी विरसे नू संभालन दे यतन करांगी क्योंकि मैनू पंजाबियों ने बहुत माण बख्शा है। जदों उन्हां नू फिल्म च जाण बारे पुछा गया तो उन्होंने कहा कि मेरा फिल्मां च जाण दा अजे कोई इरादा नहीं, मैनू कई फिल्मां दे ऑफर आ चुके ने जिन्हां नू मैं कोरी ना कर दित्ती है। ਹਾਂਜੀ ਕੀ ਨਾਮ ਹੈ ਜੀ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਮੇਰ ਸਿੰਘ ਟੱਟ, ਫਾਊਂਡਰ ਐਂਡ ਚੇਅਰਮੈਨ ਡਾਇਰੈਕਟਰ ਸੱਭਿਆਚਾਰ ਸੱਤ ਪੰਜਾਬ। ਔਰ ਮਿਸ ਵਰਲਡ ਪੰਜਾਬੀ ਦੇ ਮੁਕਾਬਲਿਆਂ ਦੀ ਸ਼ੁਰੂਆਤ 1993 ਵਿੱਚ ਮੈਂ ਕੀਤੀ ਸੀਗੀ ਔਰ ਮੇਰੇ ਸਾਥੀਆਂ ਨਾਲ ਮਿਲ ਕੇ ਲਗਾਤਾਰ 30 ਸਾਲ ਹੋ ਗਏ ਆ। ਇਹ ਸਾਡਾ ਪ੍ਰੋਗਰਾਮ ਜਿਹੜਾ ਲੁਧਿਆਣਾ ਸ਼ਹਿਰ ਤੋਂ ਸ਼ੁਰੂ ਕੀਤਾ ਸੀ ਅਸੀਂ ਨਹਿਰੂ ਸਟਾਮ ਕੇਂਦਰ ਤੋਂ, ਉਹ ਆਪਣੀਆਂ ਸ਼ਲਾਘਾ ਮਾਰਦਾ ਮਾਰਦਾ ਵਰਲਡ ਲੈਵਲ 'ਤੇ ਬਹੁਤ ਦੇਰ ਤੱਕ ਪਹੁੰਚ ਚੁੱਕਿਆ। 1993 ਵਿੱਚ ਨੀਰੂ ਸ਼ਰਮਾ ਜਿਹੜੀ ਸਾਡੀ ਮਿਸ ਪੰਜਾਬਨ ਬਣੀ ਸੀਗੀ, ਜਦੋਂ ਸ਼ਿਕਾਗੋ ਤੋਂ ਇਹਦੇ ਵਿੱਚ ਲੜਕੀਆਂ ਪਾਰਟੀਸਪੇਟ ਕੀਤਾ, ਫਿਰ ਅਸੀਂ ਇਹਦਾ ਨਾਮ ਮਿਸ ਵਰਲਡ ਪੰਜਾਬੀ ਕਰ ਦਿੱਤਾ। ਔਰ ਆਸਟ੍ਰੇਲੀਆ ਦੀ ਜਪਜੀ ਖਹਿਰਾ ਜਿਹੜੀ ਫਿਲਮਾਂ ਦੇ ਵਿੱਚ ਕਾਫੀ ਪਾਪੂਲਰ ਹੀਰੋਇਨ ਹੈ, ਉਹ ਵੀ ਪਹਿਲੀ ਵਾਰੀ ਮਿਸ ਵਰਲਡ ਪੰਜਾਬਨ ਦਾ ਖਿਤਾਬ ਜਿੱਤ ਕੇ ਅਤੇ ਉਹ ਫਿਲਮਾਂ ਦੇ ਵਿੱਚ ਹਰਭਜਨ ਮਾਨ ਜੀ ਦੇ ਨਾਲ ਆਈ ਸੀ। ਸੋ 30 ਸਾਲ ਹੋ ਗਏ ਸਾਨੂੰ ਇਹ ਜੋ ਪ੍ਰੋਗਰਾਮ ਸ਼ੁਰੂ ਕੀਤੀ ਹੈ ਇਹਨੂੰ, ਇਹਦੇ ਵਿੱਚ ਸਾਡਾ ਮੇਨ ਮਕਸਦ ਜਿਹੜਾ ਹੈ, ਕਿਉਂਕਿ ਮੈਂ ਸਮਝਦਾ ਕਿ ਔਰਤ ਦੀ ਅਸਲ ਖੂਬਸੂਰਤੀ ਹੈ ਉਹ ਕੱਚੇ ਹੋਣ ਵਿੱਚ ਹੈ, ਨਾ ਕਿ ਸਰੀਰ ਕਨਵੈਸ ਵਿੱਚ। ਐਸੇ ਜਿਹੜੇ ਵਿਚਾਰ ਨੇ ਸੀਗਾ ਮੈਨੂੰ ਇਸ ਵਕਤ ਪੰਜਾਬਨ ਮੁਕਾਬਲਿਆਂ ਦਾ ਜਨਮ ਦਿੱਤਾ ਸੀ ਐਸੇ ਵਿਚਾਰ ਨੇ, ਕਿਉਂਕਿ 1992-93 ਦੇ ਵਿੱਚ ਜਦੋਂ ਫੁੱਲਾਂ ਬੜੀਆਂ ਸੀਗੀਆਂ ਪੰਜਾਬ ਦੇ ਵਿੱਚ, ਅਤੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਬਿਊਟੀ ਕੰਟੈਸਟ ਹੋਣ ਲੱਗ ਗਏ ਸੀ, ਜਿਨ੍ਹਾਂ ਵਿੱਚ ਸਾਡੀਆਂ ਧੀਆਂ ਭੈਣਾਂ ਨੂੰ ਵਪਾਰੀ ਕਿਸਮ ਦੇ ਲੋਕ ਸਟੇਜ 'ਤੇ ਬਹੁਤ ਕੱਪੜਿਆਂ ਵਿੱਚ ਪੇਸ਼ ਕਰਕੇ ਆਪਣੀਆਂ ਤਜੋਰੀਆਂ ਭਰਦੇ ਸੀ ਔਰ ਲੜਕੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ। ਔਰ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਕਿ 40,000 ਤੋਂ ਵੀ ਵੱਧ ਵਰਲਡ ਦੇ ਵਿੱਚ ਜਿਹੜੇ ਨੇ ਇਸ ਤਰ੍ਹਾਂ ਦੇ ਫੈਸ਼ਨ ਸ਼ੋਅ ਮੁਕਾਬਲੇ ਕਰਵਾਏ ਜਾਂਦੇ ਨੇ, ਲੇਕਿਨ ਇਹ ਸਾਡਾ ਫੈਸ਼ਨ ਸ਼ੋਅ ਉਹਨਾਂ ਤੋਂ ਬਿਲਕੁਲ ਵੱਖਰਾ ਹੈ, ਜਿੱਥੇ ਉਹਨਾਂ ਦੇ ਵਿੱਚ ਕਿਸੇ ਮਟਿਆਰ ਨੂੰ ਘੱਟ ਤੋਂ ਘੱਟ ਕੱਪੜਿਆਂ 'ਚ ਪੇਸ਼ ਕੀਤਾ ਜਾਂਦਾ। ਸਾਡੇ ਇਸ ਮਿਸ ਵਰਲਡ ਪੰਜਾਬਨ ਮੁਕਾਬਲੇ ਦੇ ਵਿੱਚ ਔਰਤ ਜੋ ਹੈ, ਜੋ ਲੜਕੀ ਹੈ, ਉਹ ਸਿਰ ਤੋਂ ਪੈਰਾਂ ਤੱਕ ਕੱਜੀ ਹੁੰਦੀ ਹੈ, ਆਪਣੇ ਪਹਿਰਾਵੇ ਵਿੱਚ, ਆਪਣੇ ਪ੍ਰਾਂਤਿਕ ਪਹਿਰਾਵੇ ਦੇ ਵਿੱਚ ਉਹ ਆਪਣੀ ਕਲਾ ਦੇ ਜ਼ੋਰ ਦਿਖਾਉਂਦੀ ਹੈ ਔਰ ਇਹਦੇ ਵਿੱਚ ਕੋਈ ਵੀ ਕੈਟ ਵਾਕ ਨਹੀਂ ਔਰ ਨਾ ਹੀ ਕਿਸੇ ਪਾਰਟੀਸਪੈਂਟਸ ਤੋਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਫੀਸ ਲਈ ਜਾਂਦੀ ਹੈ। ਔਰ ਲਗਾਤਾਰ 30 ਸਾਲ ਹੋ ਗਏ, ਇਸੇ ਕਰਕੇ ਸਾਡਾ ਇਹ ਜਿਹੜਾ ਮੁਕਾਬਲਾ ਨਿਰਵਿਘਨ ਜਾਰੀ ਹੈ। ਜਿਹੜੀ ਕਿ ਸੁਖਦੀਪ ਕੌਰ ਮਿਸ ਪੰਜਾਬਣ ਬਣੀ ਆ, ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ, ਉਹਦਾ ਕੀ ਜਾਣਕਾਰੀ ਹੈ? ਅੱਜ ਅਸੀਂ ਇੱਥੇ ਖੰਨਾ ਦੇ ਵਿੱਚ ਇਸ ਲਈ ਇਕੱਠੇ ਹੋਏ ਹਾਂ ਕਿ ਪਿਛਲਾ ਜਿਹੜਾ ਮਿਸ ਵਰਲਡ ਪੰਜਾਬਣ ਮੁਕਾਬਲਾ ਉਹ ਮਿਸੀਸਾਗਾ ਟੋਰਾਂਟੋ ਦੇ ਵਿੱਚ ਅਸੀਂ 22 ਸਤੰਬਰ ਨੂੰ ਕਰਾਇਆ ਸੀਗਾ। ਉਹਦੀ ਜਿਹੜੀ ਵਿਨਰ ਹੈਗੀ ਆ ਉਹ ਸੁਖਦੀਪ ਮੰਡੇਰ, ਉਹਨੇ ਅੱਜ ਜਿਹੜੀ ਸਕਸੈਸ ਪਾਰਟੀ ਦਿੱਤੀ ਆ ਉਹਦਾ ਇੱਥੇ ਇਲਾਕੇ ਦੇ ਲੋਕਾਂ ਵੱਲੋਂ, ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅਸੀਂ ਸੁਖਦੀਪ ਮੰਡੇਰ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਟਫ ਮੁਕਾਬਲਾ ਸੀ, 7 ਕੰਟਰੀਆਂ 'ਚੋਂ ਅਲੱਗ ਅਲੱਗ ਦੇਸ਼ਾਂ ਦੀਆਂ ਜਿਹੜੀਆਂ ਪੰਜਾਬੀ ਮੁਟਿਆਰਾਂ ਸ਼ੁਰੂ ਕੀਤੀਆਂ ਹੋਈਆਂ ਸੀ, ਪਾਕਿਸਤਾਨ ਤੋਂ ਵੀ ਪੰਜਾਬੀ ਮੁਟਿਆਰਾਂ ਨੇ ਉਹਦੇ ਵਿੱਚ ਸੈਮੀਫਾਈਨਲ ਵਿੱਚ ਹਿੱਸਾ ਲਿਆ ਸੀਗਾ। ਆਸਟ੍ਰੇਲੀਆ ਦੀ ਲੜਕੀ ਜਿਹੜੀ ਹੈ ਉਹ ਦੂਸਰੇ ਨੰਬਰ 'ਤੇ ਆਈ ਹੈ, ਉਹ ਲੁਧਿਆਣੇ ਤੋਂ ਸਿਮਰਪ੍ਰੀਤ ਜਿਹੜੀ ਹੈਗੀ ਸੀ ਉਹ ਸੈਕਿੰਡ ਰਨ ਅਪ ਕੀਤੀ ਗਈ ਹੈ। ਸੋ ਬਹੁਤ ਇਹ ਮੁਕਾਬਲਾ ਸਖਤ ਹੁੰਦਾ, ਇਹਦੇ ਵਿੱਚ ਪਾਰਟੀਸਪੇਟ ਕਰਨ ਲਈ ਲੜਕੀਆਂ 8-8-10 ਸਾਲ ਤਿਆਰੀ ਕਰਦੀਆਂ ਨੇ ਔਰ ਇਹਦੇ ਅਲੱਗ ਅਲੱਗ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੋਂ ਲੈ ਕੇ ਕੰਟਰੀ ਬੇਸ ਤੱਕ ਮੁਕਾਬਲੇ ਹੁੰਦੇ ਨੇ। ਫਿਰ ਸਾਰੀ ਕੰਟਰੀਜ਼ ਦੀਆਂ ਜਿਹੜੀਆਂ ਜੇਤੂ ਮੁਟਿਆਰਾਂ ਨੇ ਉਹ ਮਿਸ ਵਰਲਡ ਪੰਜਾਬਨ ਮੁਕਾਬਲੇ ਦੇ ਵਿੱਚ ਪਾਰਟੀਸਪੇਟ ਕਰਦੀਆਂ ਨੇ। ਜੇਤੂ ਮੁਟਿਆਰਾਂ ਜਿਹੜੀਆਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ 7-8 ਜਿਹੜੀਆਂ ਹੀਰੋਇਨ ਨੇ ਉਹ ਸਾਡੀਆਂ ਅਸੀਂ ਮਿਸ ਵਰਲਡ ਪੰਜਾਬਨ ਮੁਕਾਬਲੇ ਨੇ ਜਿੱਤੀਆਂ ਨੇ ਔਰ ਬਹੁਤ ਅੱਛੇ ਅੱਛੇ ਘਰਾਂ 'ਚ ਬੜੀ ਅੱਛੀਆਂ ਕੰਪਨੀਆਂ ਦੇ ਵਿੱਚ ਜੋਬਸ ਕਰਨੀਆਂ, ਕੋਈ ਆਪਣੇ ਟੈਲੀਵਿਜ਼ਨਾਂ ਦੇ ਉੱਪਰ ਨਿਊਜ਼ ਲੀਡਰ ਨੇ ਉਹ ਕੀਤੇ ਨੇ। ਸੋ ਇਹ ਹਰ ਇੱਕ ਮੁਟਿਆਰ
पंजाबी का सुपना है कि मैं मिस वर्ल्ड पंजाबन बना, जिसे लड़की जो जितती है वह असं सोने का सगी फुल दें, क्योंकि असं समझते हैं पंजाबन औरत का जोड़ा करोन है वह सगी फुल है। सो बहुत बहुत धन्यवाद। जो आने वाले समय के प्रोग्राम उड़ीके जा रहे हैं वालों, असं ये मुकाबला हर दो साल तीन साल बाद कराने है, और जदों एक प्रोग्राम खत्म होता है सानू नाल दी नाल ही अलग अलग देशों तो हिस्सा लैन वाली मटियारा जिहड़ियां ने उन्हां दियां एप्लीकेशन आउणी शुरू हो जाती ने। साडी एप्लीकेशन जिहड़ियां ने missworldpajama.com ते ऑनलाइन रजिस्टर होंदियां ने, कोई इहदी फीस नहीं है जी। सो अलग अलग पहलां देशों में असीं मुकाबले कराने, पंजाब दे विच भी डिस्ट्रिक्ट लैवल ते दूजियां स्टेटां विच भी। सो अगले मुकाबले लई असीं तैयारियां ने, उम्मीद है कि आने वाला मुकाबला जो असं आस्ट्रेलिया के करावे जिसे वास्ते हूँ तो तैयारियां जो शुरू की। थैंक यू। रोल की नाम है? मेरा नाम सुखदीप कौर मंडेर है। की अज की प्रेस कॉन्फ्रेंस की कारण है? सर मैं एक बहुत वड्डा शो मिस वर्ल्ड पंजाब है जिते पहुँचना हर एक कुड़ी का सुपना है, वो अपने नाम किया है जो कि कैनेडा दे विच होया सी। सो दे रिगार्डिंग आप अज सारे इकट्ठे हैं। की कहना चाहते हो तुम सारी पिछली अपनी अचीवमेंट बारे दसो? सर आई एम लिटरली ओवर द मून, बहुत खुश हाँ कि इन्ना वड्डा खिताब मेरे नाम होया, क्योंकि उस शो तक पहुँचना हर एक कुड़ी का सुपना है। और मैं भी कहूँगी कि सारिया बधाई दियाँ पात्र ने, क्योंकि उस स्टेज पर खड़ना परफॉर्म करना बहुत वड्डी गल है, इट्स नॉट एवरीबडीज कप ऑफ टी। सो सारिया बहुत वधिया सी कुड़ियाँ, टैलेंटेड सी, एंड मैं बहुत ज़्यादा खुश हूँ। कितों शुरुआत हुई तुहाडी, कितनों तुहाडा जिहड़ा सुपना पूरा होया? सर शुरुआत तो देखो बचपन तो ही होंगी है, हौली हौली करके है ना, पर जो मैं फिर कॉलेज गई, स्कूल मैं डांस करना वधिया लगता सी, गिद्धा यूथ फेस्ट करना, तो मैं किताबा पढ़न का बहुत शौक सीगा, तो मैं सभ्याचारक नाल जुड़ियां किताबा बहुत पढ़ती हाँ, जिमें कि मेरा पिंड कियानी गुरदित सिंह जी की बुक आ जी कि तुम एक बार पढ़ोगे थोड़ा एवं लगू तो असं पिंड की जिंदगी जीवन लगी। सो वो सारिया चीज़ों के नाल मेरा इंट्रस्ट होर भी ज़्यादा बढ़ गया, तो फिर मैं इन्ना वड्डा शो मैं इंस्टा पर चैक कर, यूट्यूब पर चैक कर कि बहुत वधिया शो आ। सो फिर मैं पार्टीसपेट करने का सोची। बहुत ज़्यादा सर, क्योंकि फैमिली की सपोर्ट तो बिना तो एक कदम भी नहीं अगे जा सकते है। सो मेरिया दोनों फैमिलीज ने मेरा बहुत सपोर्ट किया। सरकार का किदां दा सहयोग रहा? सरकार वालों तुहाडी मदद की गई कोई, जां कोई तुहानू शाबाश देने वास्ते कोई पैदा पूछ कोई मान सम्मान सरकार वालों मिले? नहीं सर कुछ इदा दा तां नहीं सीगा, बट मेरे स्कूल कॉलेज मेरे इलाके ने मेरा बहुत मान किया। ते पंजाबी जिहड़ी सभ्यता जिहड़ी आ जिवें बड़ी वड्डी सट वज रही अज, हाँ जी पछमी सभ्यता जी बड़ी प्रभाव हो रही है साढ़े उत्ते, उहदे बारे तुसीं की कहना चाहुंदे, की तुहाडा संदेश तुहाडा की है? देखो सर सब तो पहला तो चेंज इज अ रूल ऑफ द वर्ल्ड, अपन हौली हौली चेंज होना पैंदा आ, वैसटर्न कल्चर भी चलो आ रहा जां कुछ भी आ, पर कहिंदे ना हद तो ज़्यादा हर चीज़ बुरी हुंदी आ। सो जिहड़े असीं हद तो ज़्यादा अपने आप नूं बिल्कुल नीचे सुट के वैसटर्न कल्चर नूं अडोप्ट कर रहे हैं वो बहुत गलत गल आ, क्योंकि साडा कल्चर बहुत अपने आप अमीर आ, साडा विरसा बहुत अमीर आ। सो बच्चों नूं चाहिए है, माँ बाप नूं चाहिए कि असीं इत्थे जुड़े रहिए, इदा कुछ नहीं है कि वह कल्चर से असीं मॉडर्न हो जाएंगे या कुछ भी, पंजाबी अपने आप से बहुत वधिया चीज़ है। तुसीं मिस वर्ल्ड पंजाब बने हो, हुण तुहाडा रुख की है बॉलीवुड वाला या बॉलीवुड वाला? नहीं सर बॉलीवुड का तो कोई नहीं, क्योंकि मेरा पहला तो इंट्रस्ट पंजाबीयत इधर सीगा बॉलीवुड साइड या पंजाब रिलेटेड चीज़ों से। सो यही कि मूवीज़ ही करनिया ने, कोई ना कोई काम जरूर करूँगी, जिवें हुण मैनूं बहुत सारिया कुड़ियां दे फोन आते हैं कि असीं ने जाना है डांस सीखना है, या मैनूं बुक्स पुछदियां ने किहड़ियां पढ़निया चाहीदियां ने। सो मैं उन्हां दी हैल्प बहुत करदी, किसे नूं भी जरूरत पएगी मैं किसी भी शो तक जाण दी मैं जरूर हैल्प करदी। बच्चियां नूं मिस वर्ल्ड जां किसी भी कंपीटीशन भाग लैण लई तुसीं कोई ट्रेनिंग सेंटर खोलोगे अपने जां कोई इहनां नूं ट्रेनिंग दित्ती जाए जे बच्चियां साडियां अगे आ जा के मतलब नाम रोशन कर दे? सर ये तो नहीं मैंने पता कि ट्रेनिंग सेंटर, बट हाँ मैं फोन कॉल्स से रिसीव बहुत करती हूँ उन्होंने, बहुत दो दो घंटे गल करती हूँ उन्होंने भी किदा के कॉस्ट्यूम चाहिए ने, क्योंकि थोड़ी उत्तर हर चीज़ नोटिस होंगी, थोड़ा कॉन्फिडेंस तुम्हें की पाया आ, थोड़े गल च की आडे झांझर कि निकी निकी चीज़ उत्तर नोटिस होंगे। सो मैं कोशिश करूँगी कि मैं जिन्हों भी सपोर्ट की जरूरत है जरूर करूँगी, चाहे मेरे घर आ जाए या मैं फोन कॉल्स से जिदा भी करना पैदा की संदेश है अपने नौजवान पीढ़ी ਜਿਹੜੀ ਆਪਣੀ ਸੱਭਿਅਤਾ ਤੋਂ ਦੂਰ ਹੁੰਦੀ ਜਾ ਰਹੀ ਆ, ਬੋਲੀ ਤੋਂ ਦੂਰ ਹੁੰਦੀ ਜਾ ਰਹੀ ਆ, ਉਹਦੇ ਬਾਰੇ ਕੁਛ ਸੰਦੇਸ਼ ਦਿਓ ਨੌਜਵਾਨ ਪੀੜ੍ਹੀ? ਸੋ ਸਭ ਤੋਂ ਪਹਿਲਾਂ ਤਾਂ ਮਾਂ ਬਾਪ ਨੂੰ ਕਹੂੰਗੀ ਕਿ ਦੇਖੋ ਬੱਚਾ ਨਿੱਕਾ ਹੁੰਦਾ ਇੱਕ ਚਿੱਟੀ ਚਾਦਰ ਦੀ ਤਰ੍ਹਾਂ ਹੁੰਦਾ, ਜਿਹਨੂੰ ਜਿਹੜਾ ਰੰਗ ਚੜਾ ਦੋਗੇ ਉਹਦੇ ਹਮੇਸ਼ਾ ਚੜਿਆ ਰਹੇਗਾ। ਸੋ ਉਹਨਾਂ ਨੂੰ ਪਹਿਲਾਂ ਤੋਂ ਹੀ ਕਲਚਰ ਨਾਲ ਜੋੜੋ, ਉਹਨਾਂ ਨੂੰ ਆਪਣੇ ਕਲਚਰ ਬਾਰੇ ਗੱਲਾਂ ਦੱਸੋ, ਉਹਨਾਂ ਨੂੰ ਪੁਰਾਣੀ ਮਤਲਬ ਜਿਵੇਂ ਸਾਡੇ ਦਾਦੇ ਨਾਨੀਆਂ
ਹੁੰਦੇ ਨੇ ਉਹਨਾਂ ਕੋਲ ਬਿਠਾਓ, ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸੋ ਉਹਨਾਂ ਨੂੰ ਮਾਂ ਬਾਪ ਨੂੰ ਇਹੀ ਆ ਵੀ ਉਹਨਾਂ 'ਤੇ ਧਿਆਨ ਦਿਓ ਬੱਚਿਆਂ 'ਤੇ, ਕਿਉਂਕਿ ਅੱਜ ਕੱਲ੍ਹ ਮਾਂ ਬਾਪ ਧਿਆਨ ਨਹੀਂ ਦਿੰਦੇ ਬੱਚਿਆਂ 'ਤੇ, ਹੈ ਨਾ। ਸੋ ਜਦੋਂ ਬੱਚੇ ਦਾ ਇੰਟਰਸਟ ਇਹਨਾਂ ਚੀਜ਼ਾਂ 'ਚ ਪੈ ਗਿਆ ਤਾਂ ਫਿਰ ਉਹ ਹਮੇਸ਼ਾ ਪੰਜਾਬੀਅਤ ਨਾਲ ਜੁੜਿਆ। ਕਿੰਨੀ ਕੁ ਮਿਹਨਤ ਕਰਨੀ ਪਈ ਤੁਹਾਨੂੰ ਇੱਥੇ ਰੁਤਬੇ ਤੱਕ ਪਹੁੰਚਣ ਲਈ? ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਆ, ਕਿਉਂਕਿ ਤੁਹਾਨੂੰ ਆਪਣੀ ਹੈਲਥ 'ਤੇ, ਡਾਇਟ 'ਤੇ ਤੁਹਾਨੂੰ ਪੜ੍ਹਨਾ ਪੈਂਦਾ ਆ, ਤੁਹਾਨੂੰ ਹਰ ਚੀਜ਼ 'ਤੇ ਧਿਆਨ ਦੇਣਾ ਪੈਂਦਾ ਨਿੱਕੀ ਨਿੱਕੀ ਚੀਜ਼ 'ਤੇ। ਸੋ ਮਿਹਨਤ ਤੋਂ ਬਿਨਾਂ, ਮਿਹਨਤ ਤਾਂ ਪਹਿਲੀ ਅਤੇ ਆਖਰੀ ਪੌੜੀ ਹੈ ਕਿਸੇ ਵੀ ਸਕਸੈਸ ਤੱਕ ਪਹੁੰਚਣ ਲਈ। ਜਿਵੇਂ ਕੈਨੇਡਾ ਦੇ ਵਿੱਚ ਬਿਨਰ ਰਹੇ ਹੋ ਤੁਸੀਂ, ਕੈਨੇਡਾ ਸਰਕਾਰ ਵੱਲੋਂ ਕੀ ਸਹਿਯੋਗ ਦਿੱਤਾ ਗਿਆ? ਸਰ ਕੈਨੇਡਾ ਸਰਕਾਰ ਦਾ ਤਾਂ ਕੁਛ ਨਹੀਂ ਸੀ ਇੱਦਾਂ ਦਾ, ਅਸੀਂ ਤਾਂ ਔਰਗਨਾਈਜ਼ਰਸ ਨਾਲ ਗਏ ਸੀ, ਔਰਗਨਾਈਜ਼ਰਸ ਨਾਲ ਵਾਪਸ ਆਏ। ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਦੀ ਸੇਵਾ ਕਰੇਂਗੇ ਕਿ ਬਾਹਰਲਾ ਰੁੱਖ ਕਰੇਂਗੇ? ਨਹੀਂ ਸਰ, ਬਿਲਕੁਲ ਇੱਧਰ ਹੀ ਰਹਾਂਗੇ, ਹਮੇਸ਼ਾ ਇੱਧਰ ਹੀ ਰਹਾਂਗੇ, ਠੀਕ ਇੱਥੇ ਰਹਿ ਕੇ ਸੇਵਾ ਕਰਾਂਗੇ ਜੋ ਵੀ। ਤੁਹਾਡੇ ਸਾਥ ਕੌਣ, ਜਿਹਨਾਂ ਤੁਹਾਨੂੰ ਇੱਧਰ ਤੁਹਾਡਾ ਕੋਈ ਸਾਥ ਹੁੰਦਾ ਨਾ ਹੈਗੀ ਜਿਹਦੇ 'ਚ? ਬਹੁਤ ਅਜੀਬ ਗੱਲ ਆ ਕਿ ਮੇਰਾ ਕੋਈ ਇਸ 'ਚ ਉਸਤਾਦ ਨਹੀਂ ਹੈ। ਸੋ ਆਪਣੇ ਆਪ ਹੀ ਕੁਛ ਚੀਜ਼ਾਂ ਸਿੱਖੀਆਂ, ਜਿੱਥੇ ਫੇਲੀਅਰ ਮਿਲੇ ਉੱਥੋਂ ਸਿੱਖਿਆ ਵੀ ਇੱਥੇ ਮੈਂ ਕਿਉਂ ਨਹੀਂ ਅੱਗੇ ਜਾ ਪਾਈ। ਸੋ ਮੰਮਾ ਦੀ ਸਪੋਰਟ ਬਹੁਤ ਜ਼ਿਆਦਾ ਸੀ, ਉਹਨਾਂ ਨੇ ਮੇਰੇ ਤੋਂ ਵੀ ਜ਼ਿਆਦਾ ਮਿਹਨਤ ਕਰੀ, ਹੈ ਨਾ। ਉਹਨਾਂ ਨੇ ਮੇਰੇ ਡਰੈਸਿਸ 'ਤੇ, ਮੈਨੂੰ ਪੜ੍ਹਨ ਲਈ ਬਹੁਤ ਜ਼ਿਆਦਾ। ਸੋ ਬਾਕੀ ਮੇਰੀ ਪਾਪਾ, ਬ੍ਰਦਰ ਔਰ ਮੇਰੀ ਦੂਸਰੀ ਫੈਮਿਲੀ, ਸਭ ਨੇ ਸਪੋਰਟ ਬਹੁਤ ਕੀਤਾ। ਸੋ ਮੇਰਾ ਕੋਈ ਇਹ ਨਹੀਂ ਵੀ ਇਹ ਮੇਰਾ ਉਸਤਾਦ ਆ, ਨਿੱਕੀ ਨਿੱਕੀ ਚੀਜ਼ ਜਿੱਥੋਂ ਵੀ ਕੁਛ ਸਿੱਖਣ ਨੂੰ ਮਿਲਦਾ ਸੀਗਾ ਉੱਥੋਂ ਮੈਂ ਸਿੱਖ ਸਿੱਖ ਕੇ ਗਈ ਸੀ।